हाय फ्रेंड्स, वेलकम टू माय चैनल रसोई स्पाइस किचन। हाँ जी, आप अज बनावे पीज़ा, जड़ी हैगी पीज़ा डो। आप परफेक्ट पीज़ा डो बनावे। तो पीज़ा बनाने लिए आप डो जी है ओही रेसिपी चाहिए होंगी है। तो आप जो उपर हैगी वेजिटेबल कोई भी ला सकते हैं। हाँ जी, थानू मैं दिखाई हैगी पीज़ा कट करके, तो बहुत ही क्रंची बनया है। जो आप स्टैप बाय स्टैप देखोगे सारी वीडियो, तो तुम भी इस तरह की पीज़ा बना के तैयार कर सकते, देख सकते हो। बहुत ही सोहना यद जोड़ा हैगी ब्रैड बनी हैगी, नाइस एंड क्रिस्पी बोथ साइड कुक। एंड लेट्स गो स्टार्टेड नाउ। 600 ml water and dried yeast, 1 sachet one tablespoon honey, 4 pieces, 1/2 tablespoon of salt and mix. Want to add my water and mix. Use my hand here. My dough is ready, nice and sticky, soft. I use 700 ml water because I add more 100 ml water because I need a soft, sticky dough. I want to cover up, leave it for 2 hours. वन एंड हाफ एवर के अपनी डो जी इन्नी राइज हो गई, थोड़ा जि ड्राई फ्लेवर ले लेना। तो जी पीज़ा डो आप हमने ये चार हिस्सों के बंड लेनी, जो बाकी का डो बचूगा उन्होंने आप रख लेना है। तो आप चार पाँच दिन तक भी यूज कर सकते हैं फ्रिज च रख के, जो मर्जी तुम पीज़ा बना सकते। देखो इन्नी सोहनी राइज हुई है जी डो। हम आप बोल दे बाहर कढ़ लैने। तुसी कोई भी शेप का पीज़ा बड़ा छोटा बना सकते हैं। तो अपने हैंड के उत्ते अपलाई कर लेना ऑयल, कि जी डो थोड़े हैंड नहीं स्टिक होगी, क्योंकि जी पीज़ा डो होंगी स्टिकी होंगी। हुण आपां इहनूं सॉफ्टली रोल करना हैगा, इहनूं बाला नहीं जिदा आटे वांग गुनना नहीं, क्योंकि इहदे आपां बस डिवाइड कर लैनी हैगी जिन्नी आपां लैनी हैगी उस हिसाब दे नाल। मैं चार पीज़े बनाने हैगे, चौं जोगी लैनी है। फिर आपां इहनूं सिर्फ इदां करना हैगा फोल्ड like this, and
ਤੇ ਜਿਹੜਾ ਫੋਲਡ ਹੈਗਾ ਆਪਾਂ ਥੱਲੇ ਨੂੰ ਕਰ ਲੈਣਾ ਉਹਦਾ ਫੇਸ। ਫਿਰ ਆਪਾਂ ਨੇ ਉਹਦਾ ਬਣਾ ਕੇ ਬੋਲ ਸਾਰੇ ਸ਼ੇਪ ਦੇ ਵਿੱਚ ਅਤੇ ਰੱਖ ਲੈਣੇ ਹੈਗੇ। ਬਸ ਆਪਾਂ ਇਸ ਤਰ੍ਹਾਂ ਲੈ ਕੇ ਇੱਦਾਂ ਫੋਲਡ ਕਰੀ ਜਾਣਾ। ਇਹਨੂੰ ਆਪਾਂ ਬਾਹਲਾ ਘੁੱਟਣਾ ਨਹੀਂ ਹੈਗਾ। ਜੀ ਮੈਂ ਚਾਰ ਪੇੜੇ ਲਏ ਹੈਗੇ ਰੋਟੀ ਦੇ ਪੇੜੇ ਨਾਲੋਂ ਡਬਲ ਹੈਗੇ ਆ। ਅਤੇ ਆਪਣੀ ਆਹ ਜਿਹੜੀ ਡੋ ਹੈਗੀ ਆ ਇਹ ਥੋੜ੍ਹੀ ਬਚ ਗਈ ਹੈਗੀ ਆ ਅਤੇ ਇਹਨੂੰ ਆਪਾਂ 4 ਤੋਂ 5 ਦਿਨਾਂ ਦੇ ਵਿੱਚ ਵਰਤ ਸਕਦੇ ਹੈਗੇ, ਫਰਿੱਜ ਦੇ ਵਿੱਚ ਰੱਖ ਲੈਣਾ ਅਤੇ ਜਦੋਂ ਮਰਜ਼ੀ ਤੁਸੀਂ ਇਹਦਾ ਪੀਜ਼ਾ ਬਣਾ ਸਕਦੇ ਆ। ਅਤੇ ਹੁਣ ਮੈਂ ਇਹਨਾਂ ਨੂੰ ਕਵਰ ਕਰ ਲੈਣਾ ਹੈਗਾ 1 ਘੰਟੇ ਦੇ ਲਈ, ਇੱਦਾਂ ਰਹਿਣ ਦੇਣੇ ਹੈਗੇ ਕਵਰ ਕਰਕੇ। ਹਾਂਜੀ ਮੇਰੇ ਜਿਹੜੇ ਮੀਡੀਅਮ ਸਾਈਜ਼ ਦੇ ਪੀਜ਼ੇ ਹੈਗੇ ਉਹ 8 ਬਣਨੇ ਹੈਗੇ ਆ। ਜੇ ਤੁਸੀਂ ਲਾਰਜ ਪੀਜ਼ੇ ਬਣਾਉਣੇ ਹੈਗੇ ਵੱਡੇ ਤਾਂ ਫਿਰ 4 ਹੀ ਬਣੂਗੇ। ਅਤੇ ਆਹ ਜਿਹੜੇ ਹੈਗੇ ਮੈਂ ਇਹਨਾਂ ਨੂੰ ਬੋਕਸ ਦੇ ਵਿੱਚ 1-1 ਨੂੰ ਇੱਦਾਂ ਤੇਲ ਲਾ ਕੇ ਇਹਦੇ ਵਿੱਚ ਰੱਖ ਲੈਣਾ ਹੈਗਾ। ਬਸ ਆਪਾਂ ਨੇ ਜਿਹੜੀ ਪੀਜ਼ੇ ਦੀ ਡੋ ਹੈਗੀ ਇਹਨੂੰ ਆਪਾਂ ਫੋਲਡ ਕਰ ਲੈਣਾ ਇੱਦਾਂ ਗੇਮ, ਅਤੇ ਇਹਨੂੰ ਆਪਾਂ ਰੱਖ ਲੈਣਾ। ਜਦੋਂ ਮਰਜ਼ੀ ਆਪਾਂ ਆਪਣਾ ਪੀਜ਼ਾ ਬਣਾ ਸਕਦੇ ਇਹਦੇ ਨਾਲ। ਹਾਂਜੀ ਇਹ ਹੈਗਾ ਹੋਮ ਮੇਡ ਪੀਜ਼ਾ ਸੋਸ। ਇਹਦੀ ਰੈਸਪੀ ਹੈਗੀ ਹੈ ਮੇਰੀ ਯੂਟਿਊਬ ਦੇ ਉੱਤੇ, ਤੁਸੀਂ ਉੱਥੋਂ ਲੈ ਸਕਦੇ ਹੋ। ਅਤੇ ਆਹ ਸਾਰੇ ਮੈਂ ਇੱਧਰ ਮਸ਼ਰੂਮ, ਐਨੀਅਨ, ਰੈੱਡ ਪੈਪਰ, ਗ੍ਰੀਨ ਪੈਪਰ ਕੱਟ ਲਏ ਹੈਗੇ ਆ ਪੀਜ਼ੇ 'ਤੇ ਲਾਉਣੇ ਨੂੰ। ਤੁਸੀਂ ਕੁਛ ਵੀ ਲਾ ਸਕਦੇ ਹੈਗੇ, ਚੀਜ਼ ਵੀ ਲਾ ਸਕਦੇ, ਪਨੀਰ ਅਤੇ ਸਪਿਨੀਜ, ਜਿੱਦਾਂ ਦਾ ਵੀ ਲਾਈਕ ਕਰਦੇ ਆ ਉੱਦਾਂ ਦਾ ਬਣਾ ਸਕਦੇ ਪੀਜ਼ਾ। ਹਾਂਜੀ ਜਿਹੜੀ ਸਾਡੀ ਪੀਜ਼ਾ ਡੋ ਹੈਗੀ ਉਹ ਡਬਲ ਹੋ ਗਈ ਹੈ ਫੁੱਲ ਕੇ, ਅਤੇ ਹੁਣ ਆਪਾਂ ਇਹਨੂੰ 1-1 ਨੂੰ ਚੱਕ ਕੇ ਅਤੇ ਆਪਾਂ ਪੀਜ਼ਾ ਬਣਾਉਣਾ ਸ਼ੁਰੂ ਕਰਦੇ ਹਾਂ। ਹਾਂਜੀ ਆਪਾਂ ਥੋੜ੍ਹਾ ਜਿਹਾ ਸੁੱਕਾ ਆਟਾ ਜਿਹੜਾ ਹੈਗਾ ਪਲੇਨ ਫਲੇਵਰ ਉਹ ਲਾ ਲੈਣਾ ਉੱਤੇ, ਅਤੇ ਬਸ ਇਹਨੂੰ ਆਪਾਂ ਪੋਲਾ ਜਿਹਾ ਚੱਕਣਾ ਹੈਗਾ ਇੱਦਾਂ, ਅਤੇ ਇਹਨੂੰ ਪ੍ਰੈੱਸ ਕਰਨਾ ਸ਼ੁਰੂ ਕਰਨਾ ਆਪਾਂ ਮਿਡਲ ਦੇ ਵਿੱਚ। ਸਾਈਡ ਟੂ ਸਾਈਡ ਹੁਣ ਆਪਾਂ ਇਹਨੂੰ ਹੁਣ ਆਪਣੇ ਜਿਹੜੇ ਨਕਲ ਹੈਗੇ ਆ ਇਹਨਾਂ ਦੇ ਨਾਲ ਆਪਾਂ ਇਹਨੂੰ ਸਟ੍ਰੈਚ ਕਰਨਾ ਪੀਜ਼ੇ ਨੂੰ ਇੱਦਾਂ ਰੱਖ ਲੈਣਾ ਉੱਤੇ ਹੱਥ 'ਤੇ, ਫਿਰ ਇਹਨੂੰ ਆਪਾਂ ਇੱਦਾਂ ਘੁਮਾਈ ਹੈ ਨਾ ਸਟ੍ਰੈਚ ਕਰੀ ਜਾਣਾ ਸਾਈਡ ਟੂ ਸਾਈਡ ਲਾਈਕ ਦਿਸ। ਅਤੇ ਹੁਣ ਆਪਾਂ ਇਹਨੂੰ ਹੁਣ ਇਹਦੇ ਉੱਤੇ ਰੱਖ ਲਈ ਨਾ, ਮੇਰੇ ਕੋਲ ਹੈਗੀ ਆ ਇਹ ਪੀਜ਼ੇ ਵਾਲੀ, ਅਤੇ ਇਹਨਾਂ ਮੈਂ ਪੀਜ਼ਾ ਜਿੱਦਾਂ ਰੱਖ ਸਕਦੀ ਚੱਕ ਸਕਦੀ, ਇਹਨੂੰ ਆਪਾਂ ਨੇ ਉੱਤੇ ਰੱਖ ਲਈ ਨਾ। ਅਤੇ ਫਿਰ ਆਪਾਂ ਇਹਨੂੰ ਥੋੜ੍ਹਾ ਜਿਹਾ ਹੋਰ ਜਿੰਨਾ ਵੀ ਤੁਸੀਂ ਸਟ੍ਰੈਚ ਕਰਨਾ ਚਾਹੁੰਦੇ ਕਰ ਸਕਦੇ ਇਹਦਾ। ਹੁਣ ਆਪਾਂ ਇਹਦੇ ਕਿਨਾਰਿਆਂ ਦੇ ਉੱਤੇ ਓਲੀਵ ਓਇਲ ਲਾ ਲੈਣਾ ਬ੍ਰਸ਼ ਨੂੰ ਲਾ ਕੇ ਸਾਰੇ ਪਾਸਿਆਂ 'ਤੇ, ਕਿਉਂਕਿ ਜਿਹੜੀ ਡੋ ਆ ਉੱਥੇ ਨਾਈਸ ਐਂਡ ਕ੍ਰਿਸਪੀ ਹੋਣੀ ਹੈ ਬਹੁਤ। ਹੁਣ ਇਹਦੇ ਉੱਤੇ ਮੈਂ ਹੋਮ ਮੇਡ ਆਪਣਾ ਸੋਸ ਲਾ ਦੇਣਾ। ਹਾਂਜੀ ਸੋਸ ਲਾ ਲਿਆ, ਹੁਣ ਆਪਾਂ ਇਹਦੇ ਉੱਤੇ ਮੋਜ਼ਰੇਲਾ ਚੀਜ਼ ਲਾ ਦੇਣਾ। ਜੇ ਆਪਣਾ ਪੀਜ਼ਾ ਬਣ ਕੇ ਤਿਆਰ ਹੋ ਗਿਆ ਅਤੇ ਬਹੁਤ ਸੋਹਣਾ ਪੀਜ਼ਾ ਬਣਿਆ ਹੈਗਾ, ਤੁਸੀਂ ਵੀ ਇਸੇ ਤਰ੍ਹਾਂ ਬਣਾਉਣਾ। ਥੈਂਕ ਯੂ ਫੋਰ ਵਾਚਿੰਗ ਟੁਡੇ, ਸੀ ਯੂ ਇਨ ਦਾ ਨੈਕਸਟ ਵੀਡੀਓ।
Bye for now.